ਮਾਈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਸਾਰਿਆਂ ਨੂੰ ਬਹੁਤ ਪਿਆਰ ਭਾਈ ਮਾਮਾ ਲੱਗਿਆ ਹੋਇਆ ਹੁਣ ਖੇਤ ਤਿਆਰ ਕਰਨ ਦੇ ਝਾਲੂ ਲਾਉਣ ਦੀ ਸਲਾਹ ਜੀ ਬਣ ਗਈ ਪਹਿਲਾਂ ਗੰਨਾ ਲਾਉਣ ਦੀ ਸਲਾਹ ਸੀਗੀ ਤੇ ਮਸ਼ੀਨ ਆ ਵੱਢਿਆ ਹੋਇਆ ਖੇਤ ਆ ਰੂਟਾਵੇਟਰ ਲੱਗਿਆ ਹੋਇਆ ਮਾਰਨ ਬਾਕੀ ਤੁਹਾਨੂੰ ਦਿਖਾਉਣਾ ਮੈਂ ਖੇਤ ਕਿਵੇਂ ਤਿਆਰ ਹੁੰਦਾ ਇਹ ਥੋੜ੍ਹੇ ਰੇਸਲੇ ਖੇਤ ਆ ਦੂਹਰ ਤਵੀਆਂ ਦੀ ਬਿਮਾਰੀ ਹੋਈ ਆ ਪਹਿਲਾਂ ਬਸ ਟਰੈਕਟਰ ਦਾ ਵੀ ਤਾਂ ਹੀ ਝਾੜ ਪਿਆ ਹੋਇਆ ਹੁਣ ਥੱਲੇ ਜ਼ਿਆਦਾ ਜਾਂਦੇ ਆ ਹੁਣ ਇਹ ਧਮਾਨ ਵਾਲਿਆਂ ਦਾ ਬਣਿਆ ਹੋਇਆ ਜੀ ਇਹ ਚਮਕੌਰ ਸਾਹਿਬ ਰੂਟਾਵੇਟਰ ਮਾਮੇ ਦਾ ਫੋਨ ਆਇਆ ਸੀ ਮਾਮਾ ਕਹਿੰਦਾ ਵੀ ਇੱਦਾਂ ਪਰਾਲੀ ਜੀ ਥੋੜ੍ਹੀ ਜਿਹਾ ਗੱਟ ਜਿਹੇ ਹੋਈ ਜਾਂਦੇ ਆ ਇਹ ਖੇਤ ਹਜੇ ਥੋੜ੍ਹਾ ਜਿਹਾ ਅਸਲ 'ਚ ਗਿੱਲਾ ਆ ਜੀ ਤਾਂ ਕਰਕੇ ਫਿਰ ਇੱਦਾਂ ਹੋਈ ਜਾਂਦਾ ਇੱਕ ਵਾਰ ਸੁਹਾਗਾ ਮਾਰਾਂਗੇ ਇਹਨੂੰ ਬਾਅਦ 'ਚ ਸੁਹਾਗਾ ਵਰੇ ਤੋਂ ਫਿਰ ਇਹਨੇ ਸੈੱਟ ਆਉਣਾ ਖੇਤ ਨੇ ਅਤੇ ਵਧੀਆ ਲੱਗਣਗੇ ਆਲੂ ਕੋਈ ਚੱਕਰ ਨਹੀਂ ਹੈਗਾ ਬਾਕੀ ਮਾਮੇ ਨੂੰ ਪੁੱਛਦੇ ਆ ਮਾਮੇ ਉਹਨੂੰ ਪਰ ਸੁਣਦਾ ਹੀ ਨਹੀਂ ਹੈਗਾ ਹੁਣ ਮਾਮੇ ਨੂੰ ਮੈਂ ਕਹਿੰਦਾ ਦੱਬ ਕੇ ਨਾ ਲਾ ਵੀ ਤੀਏ ਲੋ 'ਚ ਘੁਮਾ ਦੇ ਫਟਾਫਟ ਵੀ ਰੇਸਲਾ ਜਿਹਾ ਖੇਤ ਆ ਦੇਖੋ ਕਿੰਨਾ ਵਧੀਆ ਬਣਨ ਲੱਗ ਗਿਆ ਹੁਣ ਪਹਿਲਾਂ ਜਿਹੜਾ ਦੱਬ ਕੇ ਲਾਇਆ ਸੀ ਉਹ ਇਕੱਠਾ ਜਿਹਾ ਹੁੰਦਾ ਸੀਗਾ ਤੀਏ ਲੋ 'ਚ ਮੇਰੇ ਹਿਸਾਬ ਨਾਲ ਠੀਕ ਨਾਲ ਦਾ ਟਰੈਕਟਰ ਆਰਾਮ ਨਾਲ ਚੱਲਦਾ ਤੇਲ ਘੱਟ ਖਰਚੂ ਅਤੇ ਕੰਮ ਦਾ ਕੰਮ ਹੋ ਜਾਣਾ ਜੀ ਕਿਤੇ ਫਿਰ ਇੱਕ ਵਾਰ ਤਵੀਆਂ ਮਾਰ ਦਾਂਗੇ ਥੋੜ੍ਹੇ ਜਿਹੇ ਇੱਕ ਵਾਰ ਹੋਰ ਫਿਰ ਥੋੜ੍ਹਾ ਜਿਹਾ ਖੇਤ ਹਵਾ ਖਾ ਲੂਗਾ ਹਲਕਾ ਜਿਹਾ ਰੌਣੀ ਜੇ ਬੱਤ ਆ ਜੂ ਜਾਨੂੰ ਪਿੰਟਲਾ ਸੁਣ ਲਓ ਸੁਣ ਲਾ ਦਿੰਦੇ ਹਾਂ ਅਤੇ ਹੋਰ ਕਰ ਲਾਂਗੇ ਖੇਤ ਤਿਆਰ ਇੱਕ ਸੜਕ ਵਾਲਾ ਖੇਤ ਵੀ ਤਿਆਰ ਕਰਨਾ ਅੱਜ ਉਹਨੂੰ ਸੁਹਾਗਾ ਸੁਹਾਗਾ ਮਾਰ ਲਾਂਗੇ ਖੇਤ ਫੁੱਲਣ ਲੱਗੇ ਹੋਏ ਆ ਜੀ ਹਲਕੇ ਹਲਕੇ ਜੇ ਹਲ ਮਾਰ ਦਿੰਦੇ ਹਜੇ ਥੋੜ੍ਹਾ ਧੁੱਪ ਲੱਗ ਜਾਵੇ ਖੇਤਾਂ ਨੂੰ ਮੈਂ ਫਿਰ ਆਲੂਆਂ ਦੀ ਤਿਆਰੀ ਚੱਲ ਰਹੀ ਆ ਹਜੇ ਕਣਕ ਵਾਸਤੇ ਵੀ ਕੰਮ ਹੁਣ ਨਾਲ ਹੀ ਕਰ ਦੇਣਾ ਇਹਨਾਂ ਨੂੰ ਵੀ ਤਵੀਆਂ ਮਾਰ ਦੇਣੀਆਂ ਖੇਤਾਂ ਨੂੰ ਕੱਲ੍ਹ ਦੱਸਿਆ ਸੀਗਾ ਤੁਹਾਨੂੰ ਇਹਨਾਂ ਨੂੰ ਵੀ ਧੁੱਪ ਲੱਗ ਜੂਗੀ ਮਾੜੀ ਮਾੜੀ ਪਰ ਫਿਰ ਰੂਟਾਵੇਟਰ ਵੀ ਚੱਲਦਾ ਹੋ ਜੂਗਾ ਇੱਕ ਅੱਜ ਰੂਟਾਵੇਟਰ ਦੇ ਉੱਪਰ ਮਸ਼ੀਨ ਲੱਗੀ ਹੋਈ ਆ ਉਹ ਸੈੱਟ ਕਰਾ ਕੇ ਲੈ ਕੇ ਆਉਣੀ ਆ ਲੱਗਿਆ ਹੋਇਆ ਮਾਮਾ ਲਾਉਣ ਇਹ ਜਿਹੜਾ ਗੰਨਾ ਲਾਇਆ ਉਹਦੇ ਨਾਲ ਦੇ ਖੇਚੇ ਆ ਆਹ ਗੰਨਾ ਲਾਇਆ ਇੱਧਰ ਆਲੂ ਲਾਵਾਂਗੇ ਹੁਣ ਹਰਪ੍ਰਤਾਪ ਲਿਆ ਜੀ ਕੋਰੀਅਰ ਇਹ ਜੀਵਨ ਜੋਤ ਨੇ ਲਾਈਟਾਂ ਕਰੀਆਂ ਸੀਗੀਆਂ ਬੁਲਾਈ ਹਲੋ ਸਤਿ ਸ਼੍ਰੀ ਅਕਾਲ ਬੁਲਾਈ ਨੀ ਸਤਿ ਸ਼੍ਰੀ ਅਕਾਲ ਇਹ ਫਾਰਮ ਟਰੈਕ ਦੇ ਬੈਕ ਲੈਂਪਾਂ ਜੀ ਦਿਖਾ ਤਾਂ ਸਹੀ ਫਿਰ ਆਹ ਥਿੰਬਲਾਂ ਦਿੱਤੀਆਂ ਹੋਈਆਂ ਇਹਨੂੰ ਲੋਕ ਲਾ ਕੇ ਨਾ ਆਹ ਦੇਖੋ ਆਹ ਲੋਕ ਦਿੱਤੇ ਹੋਏ ਆ ਵਧੀਆ ਕੰਮ ਕੀਤਾ ਹੋਇਆ ਇਹਦੇ ਵਿੱਚ ਫਿਰ ਲਾ ਕੇ ਨਾ ਉਹ ਅਤੇ ਦੂਜੇ ਪਾਸੇ ਮਤਲਬ ਲੋਕ 'ਚ ਲੱਗ ਜਾਂਦੀਆਂ ਆਹ ਤਾਂ ਪਤਾ ਉਹਦੇ ਲਈ ਆ ਇਹ ਪਤਾ ਨਹੀਂ ਸਾਡਾ ਟੁੱਟਿਆ ਹੋਈ ਦੇ ਦਿੱਤਾ ਇੱਕ ਉਹਨਾਂ ਨੇ ਲੈਟ ਆ ਗਈ ਜੇ ਟੁੱਟੀ ਹੋਈ ਲੈਟ ਟੁੱਟ ਗਈ ਇੱਕ ਪਾਸੇ ਟੁੱਟੀ ਹੋਈ ਆ ਗਈ ਲੈਟ ਇੱਥੋਂ ਆਹ ਲੱਗਿਆ ਹੋਇਆ ਸੀਗਾ ਟੁੱਟਿਆ ਹੋਇਆ ਚਲੋ ਕੋਈ ਗੱਲ ਨਹੀਂ ਦੂਜੇ ਪਹਿਲਾਂ ਲੱਗੀਆਂ ਹੋਈਆਂ ਨੇ ਆਪਣੇ ਫਰੇਮ ਆਪਾਂ ਉਹਦੀ ਬਦਲ ਦਾਂਗੇ ਇੱਧਰ ਹੀ ਸਾਡੀ ਖਰਾਬ ਆ ਇੱਧਰ ਹੀ ਟੁੱਟੀ ਹੋਈ ਆ ਗਈ ਤੇਰੀ ਆਹੀ ਲੈਂਪ ਖਰਾਬ ਆ ਜੀ ਟਰੈਕਟਰ ਦਾ ਇਹਦੇ ਲਈ ਆਹ 2000 ਰੁਪਏ ਲਾਇਆ ਅਤੇ ਇਹਦੇ ਕਰਕੇ ਇਹ ਟੁੱਟੀ ਹੋਈ ਆ ਗਈ ਅਤੇ ਵਾਪਸ ਹੁਣ ਦੇਖਦੇ ਹਾਂ ਕੀ ਪ੍ਰੋਗਰਾਮ ਬਣਦਾ ਇਹਦਾ ਚਲੋ ਠੀਕ ਆ ਜੀ ਪਿੰਡ ਕੋਲ ਜੀਰੀ ਵੀ ਐਨ ਪੱਖਰੀ ਹੁਣ ਖੇਤ ਵੀ ਹੋ ਗਿਆ ਸੈੱਟ ਮਸ਼ੀਨ ਚੱਲਣ ਯੋਗ ਕਾਲੇ ਨੂੰ ਕਰਿਆ ਕੱਲ੍ਹ ਨੂੰ ਆਊਗਾ ਕਾਲਾ ਅਤੇ ਇੱਧਰ ਲੱਗੇ ਹੋਏ ਸੀ ਆਲੂ ਆਲੂ ਗਏ ਜੰਮ ਸਾਰੇ ਆਹ ਦੇਖੋ ਲਾਈਨਾਂ ਐਨ ਵਧੀਆ ਜੰਮਿਆ ਇਹ ਪੁਖਰਾਜ ਬੀਜ ਆ ਜੀ ਸਾਰਾ ਜੰਮਿਆ ਆ ਆਹ ਅਤੇ ਇਹਨੂੰ ਸਪਰੇਅ ਕਰਾਤੀ ਸੀਗੀ ਸਨਕੋਰ ਕੱਖ ਦੀ 150 ਗ੍ਰਾਮ ਕਿੱਲੇ ਦੀ ਪਾ ਕੇ ਆਹ 3 ਕਿੱਲੇ ਨੇ ਮਤਲਬ ਟੋਟਲ ਸਾਰੇ ਜੰਮਿਆ ਆਲੂ 150 ਗ੍ਰਾਮ ਪਾ ਕੇ ਕਿੱਲੇ ਦੀ ਅਤੇ ਸਨਕੋਰ ਸਪਰੇਅ ਕਰਾਤੀ ਇਹਦੇ ਨਾਲ ਘਾਹ ਘੂਹ ਜਾਂ ਜੰਮ ਜਿਹੜਾ ਜੰਮਦਾ ਮਰ ਜੂਗਾ ਸਰ ਅਤੇ ਆਲੂ ਜੰਮੇ ਵਧੀਆ
ਮੀਂਹ ਤੋਂ ਪਹਿਲਾਂ ਮਤਲਬ ਕਿ ਪਾਣੀ ਲਾਇਆ ਸੀਗਾ ਇਹਨੂੰ ਇੱਕ ਹਲਕਾ ਜਿਹਾ, ਪਰ ਬਣੀ ਨਹੀਂ ਗੱਲ, ਫਿਰ ਪਾਣੀ ਵੀ ਖੜ ਗਿਆ ਸੀਗਾ, ਦੇਖੋ ਤੁਸੀਂ ਵੱਟਾਂ ਕਿੱਥੇ ਤੱਕ, ਪਰ ਉਹਨੂੰ ਆਲੂ ਚੱਲਿਆ ਹੋਇਆ ਸੀਗਾ ਤਾਂ ਕਰਕੇ ਬਾਹਰ ਨਿਕਲਿਆ ਆ, ਨੁਕਸਾਨ ਤੋਂ ਬਚਾਓ ਹੋ ਗਿਆ ਇਹਦਾ। ਅਤੇ ਉਹ ਪਿੱਛੇ ਬਈਏ ਮਕੇਲੇ ਬਣਾਉਣ ਲੱਗੇ ਹੋਏ ਜਿਹੜੇ, ਉਹ ਵੀ ਮੀਂਹ ਤੋਂ ਪਹਿਲਾਂ ਬੀਜ ਹੋ ਗਏ ਸੀਗੇ, ਪਰ ਬੱਤ ਹੁਣ ਆਏ ਆ, ਦਿਖਾਉਣਾ ਤੁਹਾਨੂੰ ਜਾ ਕੇ, ਮਕੇਲੇ ਬਣਾਉਣ ਲੱਗੇ ਹੋਏ ਨੇ। ਇੱਧਰ 121 ਖੜੀ ਆ ਹਜੇ, ਜੀ ਐਨ ਪੱਕ ਗਈ ਫੁੱਲ। ਦੂਜੇ ਖੇਤ ਥੋੜ੍ਹੇ ਨਰਮ ਸੀ ਤਾਂ ਹੁਣ ਇਕੱਠੇ ਪਕੜਾਵਾਂਗੇ, ਕੱਲ੍ਹ ਨੂੰ ਕਹਿੰਦਾ ਕਾਲਾ, ਕੱਲ੍ਹ ਨੂੰ ਬੜਾ ਦੇਣੀ ਹੈ ਵੀ। ਹੁਣ ਦਿਖਾਉਣਾ ਬਈਏ ਮਕੇਲੇ ਬਣਾਉਂਦੇ ਜੀ। ਲਓ ਜੀ ਆ ਗਏ ਖੂਹ ਵਾਲੇ ਖੇਤ 'ਤੇ, ਆਹ ਲੱਗੇ ਹੋਏ ਮਕੇਲੇ ਬਣਾਉਣ, ਸੈੱਟ ਕਰਨ। ਘਾਹ ਬਹੁਤ ਜੰਮਿਆ ਜੀ ਵਿੱਚ, ਘਾਹ ਦੀ ਦਿੱਕਤ ਆਊਗੀ, ਅਤੇ ਇਹਨੂੰ ਹੁਣ ਦੇਖਦੇ ਹਾਂ ਸਪਰੇਅ ਸਨਕੋਰ ਆ ਝਟਪਟ ਰਲਾ ਕੇ ਮਾਰਾਂਗੇ ਇਹਨਾਂ ਨੂੰ ਤਾਂ, ਕਿਉਂਕਿ ਜਿਹੜੀ ਸਨਕੋਰ ਆ ਫਿਰ ਬਾਅਦ 'ਚ ਵੀ ਰੋਕਦੀ ਹੈ, ਅਤੇ ਜਿਹੜਾ ਦੂਜਾ ਇਹ 'ਚ ਥੋੜ੍ਹਾ ਚੌੜੇ ਪੱਤੇ ਜਿਹੜਾ ਜੰਮਿਆ ਆ ਉਹ ਫਿਰ ਨੁਕਸਾਨ ਕਰੂਗਾ, ਅਤੇ ਉਹ ਹੁਣ ਨਾਲ ਹੀ ਫਿਰ ਝਟਪਟ ਨੇ ਮਾਰ ਦੇਣਾ, ਕੱਟ ਨਿਊਜ ਨਾਲ ਸਪਰੇਅ ਹੋਣੀ ਜੀ ਇਹਨੂੰ। ਆਹ ਦੇਖੋ ਜੀ ਤੁਸੀਂ ਖਾਲ, ਅਤੇ ਮਕੇਲੇ ਬਣਾਤੇ 7-7 ਦੇ, ਆਹ ਬਣਾਇਆ ਹੋਇਆ 1, 2, 3, 4, 5, 6, 7ਵੇਂ 'ਤੇ ਫਿਰ ਬਣਦਾ ਜੀ। ਵੱਟਾਂ ਠੀਕ ਆ, ਇਸ 'ਤੇ ਮੀਂਹ ਪੈ ਗਿਆ ਸੀਗਾ ਜੀ ਆਲੂ 'ਤੇ ਜਦੋਂ ਲਾਏ, ਉਸ ਤੋਂ 30-1 ਦਿਨ ਹੀ ਮੀਂਹ ਆ ਗਿਆ, ਚਲੋ ਖਾਲ ਪੈ ਗਈ ਸੀਗੀ, ਪਰ ਆਹ ਮਕੇਲੇ ਮਕੂਲਿਆਂ ਦਾ ਕੰਮ ਰਹਿ ਗਿਆ ਸੀ ਪਹਿਲਾਂ, ਖੇਤ ਗਿੱਲੇ ਜ਼ਿਆਦਾ ਸੀਗੇ ਫਿਰ ਉਦੋਂ ਬਣਦੀ ਨਹੀਂ ਸੀ ਗੱਲ। ਚਲੋ ਅੱਜ ਇਹ ਕੰਪਲੀਟ ਹੋ ਜਾਣਾ 3 ਕਿੱਲਿਆਂ ਦਾ, ਅਤੇ ਜਿਹੜੇ ਕਲਰ ਆਏ ਸੀ ਉਹਨਾਂ ਨੂੰ ਵੀ ਖਾਲਾਂ ਪਾਤੀਆਂ, ਜਾਂ ਹੁਣ ਕੰਪਲੀਟ ਹੋ ਗਿਆ ਅੱਜ, ਫਿਰ ਉਹਨਾਂ ਨੂੰ ਫਿਰ ਉੱਥੇ ਭੇਜਾਂ ਕੱਲ੍ਹ ਨੂੰ, ਜੀਰੀ ਬਣਾਉਣੀ ਹੈ ਫਿਰ ਕੱਲ੍ਹ ਨੂੰ ਨਾਲ ਹੀ। ਚਲੋ ਠੀਕ ਹੈ ਜੀ, ਇਹਨੂੰ ਲੱਗਿਆ ਜੀ ਪਸੰਦ ਕੰਮ, ਸਪਰੇਅ ਹੋਊਗੀ ਜੀ ਹੁਣ ਇਹਨੂੰ, ਸਨਕੋਰ ਪਲੱਸ ਗ੍ਰੈਮੈਕਸੋਨ ਜੀ ਰਲਾ ਕੇ ਕਰਾਂਗੇ। ਠੀਕ ਹੈ ਜੀ, ਓਕੇ, ਅੱਜ ਦੀ ਵੀਡੀਓ ਇੰਨੀ ਕੀ ਹੈ ਜੀ, ਬਾਕੀ ਤੁਸੀਂ ਵੀ ਦੱਸੋ ਜਿਹੜੇ ਆਲੂ ਲਾਉਣੇ ਮੇਰੇ ਵੀਰ ਵੀ, ਕਿਹੜੀ ਕਿਹੜੀ ਸਪਰੇਅ ਕਰਦੇ ਹੁੰਦੇ ਪਹਿਲਾਂ ਘਾਹ ਤੋਂ, ਸਬਸਕ੍ਰਾਈਬ ਕਰੋ ਜੀ ਚੈਨਲ ਨੂੰ। ਓਕੇ ਜੀ, ਮਿਹਰਬਾਨੀ ਵੀਰੇ।